ਉਸ ਤੋਂ ਬਾਅਦ ਦੁਮਾਲਾ ਬਣਨ ਵਾਸਤੇ ਮੈਂ ਆਪ ਜੀ ਨੂੰ ਲੈਂਥ ਦਿਖਾ ਦਾਂ ਕਿੰਨਾ ਨੰਬਰ ਦੁਮਾਲਾ ਹੈਗਾ। ਦੁਮਾਲੇ ਦਾ ਲੈਂਥ ਦੀ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਇਹ ਦੋ ਕਿਨਾਰੇ ਹੈਗੇ। ਇਸ ਨੂੰ ਮੈਂ ਚਾਰ ਪਾਰਟ 'ਚ ਦਿਖਾਵਾਂਗਾ। ਪੂਰਾ ਮੈਂ ਉੱਪਰ ਹੱਥ ਚੱਕ ਲਿਆ, ਇੱਕ ਦੋ ਤਿੰਨ ਅਤੇ ਚਾਰ। ਆਪ ਜੀ ਫਿਰ ਦੁਬਾਰਾ ਦੇਖ ਲਓ, ਦੋ ਇਸ ਹੱਥ 'ਚ ਅਤੇ ਦੋ ਇਸ ਹੱਥ 'ਚ ਫੜੇ ਨੇ ਚਾਰ। ਅਤੇ ਇਹ ਲੈਂਥ ਜਿਹੜੀ ਹੈਗੀ ਮੇਰੀ 6 ਫੁੱਟ ਹਾਈਟ ਹੈਗੀ ਅਤੇ 6 ਫੁੱਟ ਤੋਂ ਥੋੜ੍ਹਾ ਜਿਹਾ ਉੱਪਰ ਹੈਗਾ। ਆਪ ਜੀ ਦੁਬਾਰਾ ਸਜਾਉਂਦੇ ਹੋਏ ਹੁਣ ਕੀ ਕਰੋਗੇ? ਜਿਵੇਂ ਅਸੀਂ ਪਹਿਲਾਂ ਦਬਾਇਆ ਸੀਗਾ ਦੁਮਾਲਾ, ਅੰਦਰ ਨੂੰ ਫੋਲਡ ਕਰਕੇ ਥੋੜ੍ਹਾ ਜਿਹਾ ਅੰਦਰ ਮੋੜ ਕੇ ਉਸੇ ਤਰੀਕੇ ਨਾਲ ਲੈ ਕੇ ਚੱਲਣਾ ਜਿਵੇਂ ਪਹਿਲਾਂ ਲਿੱਤਾ ਸੀਗਾ। ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਲੜ ਕਿੱਥੋਂ ਸ਼ੁਰੂ ਕੀਤਾ ਜਾਏ, ਕਿੱਥੋਂ ਖਤਮ ਹੋਏਗਾ। ਤਾਂ ਹੀ ਪਤਾ ਲੱਗ ਸਕਦਾ ਜਦੋਂ ਆਪ ਜੀ ਕਈ ਵਾਰ ਦੁਮਾਲੇ ਨੂੰ ਸਜਾਉਂਗੇ, ਆਪ ਜੀ ਨੂੰ ਅੰਦਾਜ਼ਾ ਹੋ ਜਾਏਗਾ ਕਿ ਕਿੱਥੋਂ ਦੀ ਸ਼ੁਰੂ ਕੀਤਾ ਜਾਵੇ। ਹੁਣ ਮੈਂ ਜਿਸ ਤਰ੍ਹਾਂ ਦੁਮਾਲਾ ਸਜਾਉਣਾ ਹੈ ਉਸ ਵਾਸਤੇ ਮੈਨੂੰ ਹੁਣ ਅੰਦਾਜ਼ਾ ਹੋ ਗਿਆ ਕਿ ਮੈਂ ਕਿੱਧਰੋਂ ਸ਼ੁਰੂ ਕਰਾਂਗਾ। ਅਤੇ ਆਪ ਜੀ ਦੇਖ ਸਕਦੇ ਹੋ ਕਿ ਪਹਿਲੇ ਵਾਲੇ ਤਰੀਕੇ ਨਾਲ ਅਸੀਂ ਚੱਲਾਂਗੇ। ਅਸੀਂ ਪਹਿਲਾਂ ਇਹ ਪਿੱਛੋਂ ਦੀ ਲੈਂਦੇ ਹੋਏ ਦੁਮਾਲੇ ਨੂੰ ਪਿੱਛੇ ਸਜਾਵਾਂਗੇ। ਪਹਿਲੇ ਲੜ ਨੂੰ ਅਸੀਂ ਪਿੱਛੇ ਫਸਾ ਲਾਂਗੇ। ਫਸਾਉਣ ਤੋਂ ਬਾਅਦ ਇਹ ਰੀਜ਼ਨ ਕੀ ਹੈਗਾ, ਇਹ ਜਿਹੜਾ ਹੈਗਾ ਪਿੱਛੋਂ ਆਪ ਜੀ ਨੂੰ ਡਬਲ ਨਜ਼ਰ ਆ ਰਿਹਾ ਹੈ, ਇਹ ਸਾਰਾ ਕਵਰ ਕਰਦੇ ਹੋਏ ਪਿੱਛੋਂ ਸਫਾਈ ਮਿਲ ਜਾਏਗੀ। ਅਤੇ ਆਪ ਜੀ ਜਿਵੇਂ ਦੋ ਲੜ ਲੈ ਕੇ ਗਏ ਸੀ, ਉਸ ਤੋਂ ਬਾਅਦ ਤੀਸਰਾ ਲੜ ਐਵੇਂ ਰੱਖਦੇ ਹੋਏ ਆ, ਇਹ ਚੰਨ ਬਣਾਓਗੇ ਲੇਕਿਨ ਉੱਪਰੋਂ ਜਾਏਗਾ, ਇਹ ਉੱਪਰ ਗੋਲ ਘੁਮਾਉਂਦੇ ਹੋਏ ਇਹਨੂੰ ਫਿਰ ਦੁਬਾਰਾ ਉਸੀ ਦੇ ਉੱਪਰ ਲੈ ਕੇ ਜਾਣਾ ਹੈ। ਜਿਵੇਂ ਦੋ ਲੜ ਸੀਗੇ ਉਸ ਤੋਂ ਬਾਅਦ ਤੀਸਰਾ ਲੜ ਲੈ ਕੇ ਜਾਣਾ ਹੈ। ਇਹਦੀ ਆਪ ਟੈਨਸ਼ਨ ਨਾ ਲਓ, ਇਹ ਸਾਰਾ ਕਵਰ ਹੋ ਜਾਏਗਾ। ਇਹ ਆਪ ਜੀ ਜਿਵੇਂ ਮਰਜ਼ੀ ਰੱਖ ਸਕਦੇ ਹੋ, ਭਾਵੇਂ ਇਹਨੂੰ ਉੱਪਰ ਖਿੱਚ ਵੀ ਸਕਦੇ ਹੋ, ਕੋਈ ਦਿੱਕਤ ਨਹੀਂ। ਬਸ ਇਸ ਦਾ ਧਿਆਨ ਰੱਖਣਾ ਕਿ ਇਹ ਵਾਲੇ ਜਿਹੜੇ ਲੜੇ ਹੈਗੇ ਲੜ ਜਿਹੜੇ ਹੈਗੇ ਇਹ ਬਿਲਕੁਲ ਸਹੀ ਹੋਣੇ ਚਾਹੀਦੇ ਨੇ। ਉਸ ਤੋਂ ਬਾਅਦ ਮੈਂ ਰੱਖਦਾ ਕਿ ਰੀਜ਼ਨ ਕੀ ਸੀਗਾ ਪਿੱਛੋਂ ਕਰਨ ਦਾ। ਇਹ ਦੇਖੋ ਆਪ ਜੀ ਦੇਖ ਸਕਦੇ ਹੋ ਕਿ ਸਫਾਈ ਆ ਰਹੀ ਹੈ, ਇਹ ਪਿੱਛੋਂ ਦੀ ਕੋਈ ਵੀ ਦਿੱਕਤ ਨਹੀਂ ਆਏਗੀ ਇਸ ਵਾਸਤੇ। ਹੁਣ ਐਵੇਂ ਹੀ ਸੇਮ ਲੜ ਦੂਸਰਾ ਇੱਕ ਹੋਰ ਘੁਮਾਉਣਾ ਹੈ। ਆਪ ਜੀ ਇਹ ਪ੍ਰੋਸੀਜਰ ਦੋ ਜਾਂ ਤਿੰਨ ਵਾਰ ਕਰ ਸਕਦੇ ਹੋ, ਜਿੰਨੇ ਕਿ ਆਪ ਜੀ ਦੇ ਦੁਮਾਲੇ ਦੀ ਲੈਂਥ ਹੈ। ਇਸ ਦੇ ਨਾਲ ਕੀ ਹੁੰਦਾ ਹੈ, ਪਕੜ ਬਣ ਜਾਂਦੀ ਹੈ। ਮੈਨੂੰ ਯਾਦ ਹੈ ਗੁਰਸਿੱਖ ਵੀਰ ਨੇ ਮੈਨੂੰ ਦੱਸਿਆ ਸੀਗਾ, ਅਤੇ ਇੱਕ ਗੁਰਸਿੱਖ ਨੇ ਅਰਦਾਸ ਕੀਤੀ ਸੀ ਕਿ ਜਦੋਂ ਵੀ ਮੇਰੀ ਸ਼ਹੀਦੀ ਹੋਏ ਅਤੇ ਮੇਰੀ ਦਸਤਾਰ, ਮੇਰਾ ਦੁਮਾਲਾ ਮੇਰੇ ਤੋਂ ਵੱਖ ਨਾ ਹੋਵੇ। ਅਤੇ ਉਹ ਇੰਨਾ ਟਾਈਟ ਦੁਮਾਲਾ ਬਣਦੇ ਸੀਗੇ, ਇੰਨਾ ਸਜਾ ਕੇ ਸੰਭਾਲ ਕੇ ਬਣਦੇ ਸੀਗੇ, ਅਤੇ ਉਹਨਾਂ ਦੀ ਗੁਰੂ ਸਾਹਿਬ ਨੇ ਅਰਦਾਸ ਵੀ ਪੂਰੀ ਕੀਤੀ ਜਦੋਂ ਉਹਨਾਂ ਦੀ ਸ਼ਹੀਦੀ ਹੋਈ, ਅਤੇ ਉਹਨਾਂ ਦੀ ਦਸਤਾਰ ਉਹਨਾਂ ਦੇ ਕੇਸ ਨਾਲ ਜੁੜੀ ਹੋਈ ਸੀ, ਅਤੇ ਉਹਨਾਂ ਦੇ ਨਾਲ ਲੱਥੀ ਨਹੀਂ ਸੀ। ਹੁਣ ਆਪ ਜੀ ਦੇਖ ਸਕਦੇ ਹੋ ਕਿ ਇਹਨੂੰ ਅਸੀਂ ਲਾਸਟ ਵਾਲਾ ਜਿਹੜਾ ਲੜਾ ਹੈਗਾ ਇਹਨੂੰ ਅਸੀਂ ਉੱਪਰੋਂ ਜਿਹੜਾ ਕਿਨਾਰੀ ਹੈਗੀ ਇਹਨੂੰ ਫੜ ਕੇ ਅਸੀਂ ਪਿੱਛੇ ਕਰਾਂਗੇ। ਜਿਹੜੀ ਕਿਨਾਰੀ ਹੈਗੀ ਅਸੀਂ ਪਿੱਛੇ ਕਰ ਲਈ, ਇਹਦੇ ਨਾਲ ਕੀ ਹੋਏਗਾ, ਇਹ ਦੇਖੋ ਆਪ ਜੀ ਦੇਖ ਸਕਦੇ ਹੋ ਕਿ ਸ਼ੇਪ ਸਾਡੇ ਦੁਮਾਲਾ ਲੈਣ ਲੱਗ ਗਿਆ, ਅਤੇ ਹੁਣ ਸਫਾਈ ਆਉਣ ਲੱਗ ਗਈ ਹੈ। ਇੱਕ ਵਾਰ ਇਹ ਪ੍ਰੋਸੀਜਰ ਇੱਕ ਵਾਰ ਹੋਰ ਕਰ ਸਕਦੇ ਹੋ। ਹੁਣ ਕਿਨਾਰੀ ਨੂੰ ਥੋੜ੍ਹਾ ਜਿਹਾ ਛੋਟਾ ਕਰਦੇ ਜਾਓਗੇ ਤਾਂ ਕਿ ਦੁਮਾਲਾ ਪੂਰਾ ਕਵਰ ਹੋ ਜਾਵੇ। ਆਪ ਜੀ ਦੇਖ ਸਕਦੇ ਹੋ ਕਿ ਉੱਪਰ ਇੱਕ ਇੱਕ ਕਰਕੇ ਉੱਪਰ ਚੜ੍ਹ ਰਿਹਾ ਦੁਮਾਲਾ। ਜਿਹੜੇ ਕਿਨਾਰੀ ਹੈ ਹੁਣ ਫੜ ਕੇ ਇਹਨੂੰ ਖਿੱਚ ਲਓ। ਆਪ ਜੀ ਇਸਨੂੰ ਦੁਮਾਲੇ ਨੂੰ ਸਾਫ਼ ਕਰਨ ਵਾਸਤੇ ਜਿਹੜੀ ਕਿਨਾਰੀ ਹੈਗੀ ਇੱਕ ਹੱਥ ਨਾਲ ਤੁਸੀਂ ਇਸ ਲੜ ਨੂੰ ਫੜੇ ਰੱਖੋ, ਅਤੇ ਦੂਸਰੇ ਹੱਥ ਨਾਲ ਆਪ ਜੀ ਦੇਖ ਸਕਦੇ ਹੋ ਅੰਗੂਠੇ ਨਾਲ ਅਸੀਂ ਫਸਾਈ ਜਾਵਾਂਗੇ। ਆਪ ਜੀ ਦਬਾ ਕੇ ਦੁਮਾਲੇ ਦੀ ਸ਼ੇਪ ਨੂੰ ਸਹੀ ਕਰ ਸਕਦੇ ਹੋ। ਜਦੋਂ ਆਪ ਜੀ ਨੂੰ ਲੱਗੇਗਾ ਸ਼ੇਪ ਸਹੀ ਹੋ ਗਈ ਹੈ, ਤਾਂ ਆਪ ਜੀ ਉਸਨੂੰ ਲੜ ਨੂੰ ਜਿਹੜਾ ਫੜਿਆ ਹੈਗਾ ਉਲਟੇ ਹੱਥ ਨਾਲ ਉਸਨੂੰ ਆਪ ਜੀ ਫਸਾ ਸਕਦੇ ਹੋ ਅੰਦਰ। ਉਸ ਤੋਂ ਬਾਅਦ ਆਪ ਜੀ ਦੂਸਰਾ ਲੜ ਸਟਾਰਟ ਕਰ ਸਕਦੇ ਹੋ। ਹੁਣ ਆਪ ਜੀ ਦੇਖ ਸਕਦੇ ਹੋ ਕਿ ਸ਼ੇਪ ਲੈਣ ਲੱਗ ਗਿਆ ਦੁਮਾਲਾ, ਸ਼ੇਪ ਠੀਕ ਆ ਗਈ ਹੈ, ਸਾਫ਼ ਆ ਦੁਮਾਲਾ। ਬਾਕੀ ਥੋੜ੍ਹੀ ਸ਼ੇਪ ਬਾਅਦ ਚੋਂ ਵੀ ਆ ਸਕਦੀ ਹੈ। ਹੁਣ ਆਪ ਜੀ ਇਸ ਦੁਮਾਲੇ 'ਚ ਜਿਹੜਾ ਫੜਿਆ ਸੀਗਾ ਉਸਨੂੰ ਆਪ ਅਜੇ ਅੰਦਰ ਕਰੋਗੇ।
ਹੁਣ ਇਹਨੂੰ ਆ ਵੀ ਦੇਖ ਸਕਦੇ ਹੋ ਕਿ ਦੁਮਾਲੇ ਨੂੰ ਇਹ ਜਿਹੜਾ ਲੜ ਹੈਗਾ ਦਬਾਤਾ, ਦਬਾਉਣ ਤੋਂ ਬਾਅਦ ਇਹ ਉੱਪਰੋਂ ਆਏਗਾ, ਇਹ ਉੱਪਰੋਂ ਆਏਗਾ ਕਿ ਐਵੇਂ ਚੱਲੇਗਾ। ਆਪ ਜੀ ਦੇਖ ਸਕਦੇ ਹੋ ਕਿ ਇਹ ਉੱਪਰੋਂ ਆਉਂਦਾ ਹੋਇਆ ਥੱਲੇ ਆਉਂਦਾ ਹੋਇਆ ਉੱਪਰ ਜਾਏਗਾ, ਉੱਪਰੋਂ ਸ਼ੁਰੂ ਹੋਏਗਾ ਥੱਲੇ ਜਾਏਗਾ ਫਿਰ ਉੱਪਰ ਜਾਏਗਾ, ਉੱਪਰੋਂ ਸ਼ੁਰੂ ਹੋਇਆ। ਆਪ ਜੀ ਫਿਰ ਉਹੀ ਕੰਮ ਕਰ ਸਕਦੇ ਹੋ ਜਿਵੇਂ ਪਹਿਲਾਂ ਕੀਤਾ ਸੀਗਾ ਕਿ ਇੱਕ ਹੀ ਲੜ ਨੂੰ ਕਈ ਲੜ ਬਣਾ ਸਕਦੇ ਹੋ। ਤਾਂ ਸਫਾਈ ਦਾ ਥੋੜ੍ਹਾ ਧਿਆਨ ਰੱਖਣਾ, ਇਹ ਸਿਰਫ ਦੋ ਉਂਗਲਾਂ ਦਾ ਖੇਡ ਹੈ। ਜਿਵੇਂ ਅਸੀਂ ਪਹਿਲਾਂ ਪੰਜ ਲੜ ਲੈ ਕੇ ਗਏ ਸੀ ਉਸ ਤੋਂ ਬਾਅਦ ਅਸੀਂ ਉਸ ਤੋਂ ਉੱਪਰ ਹੀ ਰੱਖਾਂਗੇ। ਹੁਣ ਆਪ ਜੀ ਦੇਖ ਸਕਦੇ ਹੋ ਚੰਗੇ ਤਰੀਕੇ, ਆਪ ਜੀ ਦੇਖ ਸਕਦੇ ਹੋ ਕਿ ਪਹਿਲਾਂ ਜਿਵੇਂ ਲੜ ਲੈ ਕੇ ਗਏ ਉਸ ਤੋਂ ਬਾਅਦ ਅਸੀਂ ਸੇਮ ਹੀ ਪ੍ਰੋਸੀਜਰ ਦੁਬਾਰਾ ਕਰਾਂਗੇ। ਇਸ ਦੇ ਵਿੱਚ ਫਿਰ ਅਸੀਂ ਇੱਕ ਲੜ ਦੇ ਦੋ ਜਾਂ ਤਿੰਨ ਲੜ ਦੁਬਾਰਾ ਬਣਾਵਾਂਗੇ। ਇਸ ਵਾਰ ਅਸੀਂ ਇੱਕ ਦੇ ਦੋ ਲੜ ਬਣਾਏ ਹੈ, ਇਸ ਤੋਂ ਉੱਪਰ ਸੇਮ ਉਵੇਂ ਅਸੀਂ ਲੜ ਦੇ ਉੱਪਰ ਹੀ ਰੱਖਾਂਗੇ। ਆਪ ਜੀ ਦੇਖ ਸਕਦੇ ਹੋ ਕਿ ਇਸ ਤੋਂ ਬਾਅਦ ਅਸੀਂ ਲੜ ਦੇ ਉੱਪਰ ਲੜ ਰੱਖਦੇ ਆ ਰਹੇ ਹਾਂ, ਇਹ ਸਭ ਤੋਂ ਲਾਸਟ 'ਚ ਹੁਣ ਲੜ ਰੱਖਿਆ। ਹੁਣ ਥੋੜ੍ਹਾ ਥੋੜ੍ਹਾ ਥੱਲੇ ਆਵਾਂਗੇ, ਪਿੱਛੋਂ ਦੀ ਥੱਲੇ ਆਉਂਦੇ ਜਾਵਾਂਗੇ ਅਤੇ ਅੱਗੋਂ ਦੀ ਅਸੀਂ ਉੱਪਰ ਜਾਂਦੇ ਜਾਵਾਂਗੇ। ਹੁਣ ਸ਼ੇਪ ਐਵੇਂ ਚੱਲੇਗੀ, ਪਹਿਲਾਂ ਅਸੀਂ ਦੇਖਿਆ ਕਿ ਅਸੀਂ ਐਵੇਂ ਚੱਲ ਰਹੇ ਸੀਗੇ, ਆਪ ਜੀ ਨੇ ਦੇਖਿਆ ਪਹਿਲਾਂ ਅਸੀਂ ਸ਼ੇਪ ਇਸ ਤਰੀਕੇ ਨਾਲ ਲੈ ਕੇ ਜਾ ਰਹੇ ਸੀ, ਉੱਪਰੋਂ ਪਿੱਛੋਂ ਉੱਪਰ ਸੀਗਾ ਅੱਗੋਂ ਥੱਲੇ ਸੀਗਾ, ਹੁਣ ਪਿੱਛੋਂ ਦੀ ਥੱਲੇ ਜਾਂਦੇ ਜਾਵਾਂਗੇ ਅਤੇ ਅੱਗੋਂ ਦੇ ਉੱਪਰ ਜਾਂਦੇ ਜਾਵਾਂਗੇ। ਇਸ ਦੇ ਨਾਲ ਕੀ ਹੋਏਗਾ, ਦੁਮਾਲੀ ਦੀ ਪਕੜ ਬਣ ਜਾਂਦੀ ਹੈ। ਜਿਹੜਾ ਵਿੱਚ ਜਿਹੜਾ ਬੇਸ ਬਣਾਉਣ ਦਾ ਫਾਇਦਾ ਇਹ ਹੁੰਦਾ ਕਿ ਆਪ ਜੀ ਨੂੰ ਕੋਈ ਵੀ ਅਗਰ ਇੱਥੇ ਕੋਈ ਬਾਹਰ ਕਰਦਾ ਹੈ ਤਾਂ ਆਪ ਜੀ ਦੇ ਸਿਰ ਬਚਾਅ ਹੋ ਜਾਂਦਾ, ਠੀਕ ਹੈ। ਇਸਦਾ ਵੀ ਇਹ ਰੀਜ਼ਨ ਹੈਗਾ। ਅਤੇ ਇਹ ਜਿਹੜਾ ਦੁਮਾਲਾ ਆਪ ਜੀ ਸਜਾ ਰਹੇ ਹੋ, ਇਹ ਧਿਆਨ ਹਮੇਸ਼ਾ ਵਿੱਚ ਰੱਖਣਾ ਹੈ ਕਿ ਇਹ ਦੁਮਾਲਾ ਆਪ ਜੀ ਦਾ ਨਹੀਂ ਜਾਂ ਮੇਰਾ ਨਹੀਂ, ਇਹ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਦੁਮਾਲਾ ਹੈ। ਇਸ ਦੀ ਰਿਸਪੈਕਟ ਨਾਲ ਆਪ ਜੀ ਦਾ ਫਰਕ ਫੜ ਜਾਏਗਾ। ਹੁਣ ਆਪ ਜੀ ਦੇਖ ਸਕਦੇ ਹੋ ਕਿ ਇਸ ਤੋਂ ਉੱਪਰ ਅਸੀਂ ਹੌਲੀ ਹੌਲੀ ਉੱਪਰ ਲੈ ਕੇ ਜਾ ਰਹੇ ਹਾਂ ਅਤੇ ਪਿੱਛੋਂ ਦੀ ਅਸੀਂ ਥੱਲੇ ਲੈ ਕੇ ਜਾ ਰਹੇ ਹਾਂ। ਥੋੜ੍ਹੀ ਵੀਡੀਓ ਲੰਬੀ ਹੋ ਸਕਦੀ ਹੈ ਕਿਉਂਕਿ ਮੈਂ ਆਪ ਜੀ ਨੂੰ ਇੱਕ ਇੱਕ ਸਟੈਪ ਵਾਸਤੇ ਦੱਸ ਰਿਹਾ ਕਿ ਕਿਵੇਂ ਕਿਵੇਂ ਕਰਨਾ ਹੈ। ਇਹ ਵੀਡੀਓ ਆਪ ਜੀ ਨੇ ਸ਼ੇਅਰ ਕਰਨੀ ਹੈ, ਸਾਰਿਆਂ ਨੇ ਲਾਈਕ ਵੀ ਕਰਨੀ ਹੈ। ਇਹ ਇਸ ਵਾਸਤੇ ਸ਼ੇਅਰ ਨਹੀਂ ਕਰਨੀ ਕਿ ਮੈਨੂੰ ਫਾਇਦਾ ਹੋਵੇ ਜਾਂ ਮੈਂ ਪਬਲਿਸਿਟੀ ਲੈ ਲਾਂ। ਇਹ ਇਸ ਵਾਸਤੇ ਸ਼ੇਅਰ ਕਰਨੀ ਹੈ ਕਿ ਗੁਰੂ ਸਾਹਿਬ ਜੀ ਦੁਮਾਲਾ ਜਿਹੜਾ ਦੱਸਿਆ, ਉਹਨਾਂ ਦਾ ਬਖਸ਼ਿਆ ਦੁਮਾਲਾ ਕਿਵੇਂ ਸਜਾਇਆ ਜਾ ਸਕਦਾ ਹੈ, ਸਾਰਿਆਂ ਨੂੰ ਬਿਲਕੁਲ ਆਸਾਨ ਢੰਗ ਨਾਲ ਪਤਾ ਲੱਗ ਸਕੇ। ਜੇ ਇੱਕ ਅਨਟ੍ਰੇਨਡ ਮੈਂ ਵੀ ਬਣ ਸਕਦਾ ਤਾਂ ਸਾਰੇ ਬਣ ਸਕਦੇ ਨੇ, ਮੈਂ ਸੋਚ ਸਕਦਾ ਬਸ। ਆਪ ਜੀ ਨਾਲ ਦੇ ਨਾਲ ਕੀਰਤਨ ਵੀ ਕਰਦੇ ਰਹੋ। ਆਪ ਜੀ ਦੇਖ ਸਕਦੇ ਹੋ ਕਿ ਇੱਕ ਦੇ ਉੱਪਰ ਇੱਕ ਉੱਪਰ ਵਧਾਈ ਜਾ ਰਿਹਾ ਮੈਂ, ਤੇ ਪਿੱਛੋਂ ਦੇ ਲੜ ਥੱਲੇ ਆਉਂਦੇ ਜਾ ਰਹੇ ਨੇ।
ਆਪ ਜੀ ਜਦੋਂ ਲਾਸਟ ਦੇ ਲੜ ਰੱਖੋਗੇ ਇਹਦੇ ਵਿੱਚ ਆਪ ਜੀ ਨੂੰ ਇਹ ਪ੍ਰੋਬਲਮ ਹੋਏਗੀ ਕਿ ਇਹ ਜਿਹੜਾ ਲੜ ਆਉਣਗੇ ਆਪ ਜੀ ਦੇਖ ਸਕਦੇ ਹੋ ਕਿ ਇਹ ਜੇ ਲੜ ਆ ਰਹੇ ਨੇ ਇਹ ਥੋੜ੍ਹੇ ਥੋੜ੍ਹੇ ਲੂਜ਼ ਆਉਣਗੇ ਇਸ ਕਰਕੇ ਆਪ ਜੀ ਇਹਨੂੰ ਥੋੜ੍ਹਾ ਜਿਹਾ ਖਿੱਚ ਕੇ ਜੇ ਬੰਨੋਗੇ ਅਤੇ ਖਿੱਚਣ ਤੋਂ ਬਾਅਦ ਕੀ ਕਰੋਗੇ ਇਹ ਉਂਗਲ ਨਾਲ ਅਤੇ ਆਪ ਜੀ ਅੰਗੂਠਾ ਦੇਖ ਰਹੇ ਹੋ ਇਹਦੇ ਨਾਲ ਆਪ ਜੀ ਇਹਨੂੰ ਉੱਪਰ ਕਰ ਦੋਗੇ ਇਸ ਵਾਸਤੇ ਦੇਖੋ ਜਿੰਨੇ ਵੀ ਲੜ ਆਪ ਲੈ ਕੇ ਜਾਓਗੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਇਹ ਸਾਰੇ ਜਿਹੜਾ ਉੱਪਰ ਦੋ ਕਿਨਾਰੀ ਹੈਗੀ ਉੱਪਰ ਆਏਗੀ ਅਤੇ ਇਹ ਥੱਲੇ ਦੀ ਐਂ ਫੜ ਲੈਣਾ ਫਿੜ ਕੇ ਇਕੱਠਾ ਕਰੋਗੇ ਪਿੱਛੋਂ ਦੀ ਖਿੱਚ ਕੇ ਇਹਨੂੰ ਉੱਪਰ ਲੈ ਕੇ ਜਾਣਾ ਦੁਮਾਲਾ ਬਣਨ ਤੋਂ ਬਾਅਦ ਆਪ ਜੀ ਨੂੰ ਦੱਸਾਂਗਾ ਕਿ ਆਪ ਜੀ ਇਸ ਵਿੱਚ ਸ਼ਿੰਗਾਰ ਕਿਵੇਂ ਲਗਾ ਸਕਦੇ ਹੋ ਸ਼ਿੰਗਾਰ ਆਪ ਜੀ ਦੇ ਉੱਪਰ ਕਿਵੇਂ ਤੁਸੀਂ ਸ਼ਿੰਗਾਰ ਲਗਾਉਣਾ ਚਾਹੁੰਦੇ ਹੋ ਮੇਨ ਹੈ ਦੁਮਾਲਾ ਬਣਨਾ ਸ਼ਿੰਗਾਰ ਆਪ ਜੀ ਲਗਾ ਸਕਦੇ ਹੋ ਬਾਅਦ ਚ ਜਿਹੜੇ ਸ਼ਿੰਗਾਰ ਲਗਾ ਸਕਦੇ ਹੋ ਉਹ ਲਗਾ ਸਕਦੇ ਹੋ ਜਾਲੀ ਜਿਹੜੀ ਲਗਾਉਂਦੇ ਹੈ ਅਤੇ ਉਹ ਪਹਿਲਾਂ ਲੱਗਦੀ ਹੈ ਉਹ ਫਿਰ ਕਿਤੇ ਵੀਡੀਓ ਵਿੱਚ ਦੱਸਾਂਗਾ ਆਪ ਜੀ ਨੂੰ ਹੁਣ ਆਪ ਜੀ ਦੇਖ ਸਕਦੇ ਹੋ ਕਿ ਦੁਮਾਲਾ ਮੇਰਾ ਲਾਸਟ ਲੜ ਹੈਗਾ ਇਸਨੂੰ ਆਪ ਜੀ ਜਿਵੇਂ ਮਰਜ਼ੀ ਲੈ ਕੇ ਜਾ ਸਕਦੇ ਹੋ ਭਾਵੇਂ ਇੱਕ ਤਰੀਕਾ ਹੁੰਦਾ ਕਿ ਆਪ ਜੀ ਇਸਨੂੰ ਥੱਲੋਂ ਦੀ ਸ਼ੁਰੂ ਕਰਕੇ ਉੱਪਰੋਂ ਐਵੇਂ ਕਰਕੇ ਲੈ ਕੇ ਜਾਓਗੇ ਜਾਂ ਇਸਦੇ ਉੱਪਰ ਹੀ ਰੱਖੋਗੇ ਮੈਂ ਇਸਦੇ ਉੱਪਰ ਹੀ ਰੱਖਾਂਗਾ ਇਹਨੂੰ ਦੇਖੋ ਜੀ ਦੁਮਾਲੇ ਜਦੋਂ ਬੰਨਦੇ ਹੋ ਆਪ ਜੀ ਧਿਆਨ ਰੱਖਣਾ ਕਿ ਲੜ ਬਰਾਬਰ ਦੀ ਸ਼ੇਪ ਵਿੱਚ ਹੋਣੀ ਚਾਹੀਦੀ ਬਰਾਬਰ ਦੇ ਗੈਪ ਵਿੱਚ ਹੋਣੇ ਚਾਹੀਦੇ ਨੇ ਇਹ ਸਾਰੇ ਬਰਾਬਰ ਜੇ ਲੜ ਬਣਨਗੇ ਤਾਂ ਆਪ ਜੀ ਨੂੰ ਸੋਹਣਾ ਦੁਮਾਲਾ ਨਜ਼ਰ ਆਏਗਾ ਜੇ ਗੈਪ ਦਾ ਫਰਕ ਹੋਏਗਾ ਘੱਟ ਵੱਧ ਹੋਏਗਾ ਗੈਪ ਬਰਾਬਰ ਹੋਣਗੇ ਤਾਂ ਅੱਛੇ ਲੱਗਣਗੇ ਜੇ ਘੱਟ ਵੱਧ ਹੋਏਗਾ ਤਾਂ ਆਪ ਜੀ ਨੂੰ ਆਪ ਹੀ ਸੋਹਣਾ ਨਹੀਂ ਲੱਗੇਗਾ ਦੁਮਾਲਾ ਬਣਨ ਵਾਸਤੇ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ ਆਪ ਜੀ ਨੂੰ ਐਵੇਂ ਹੀ ਕਰਨਾ ਪਏਗਾ ਆਪ ਜੀ ਨੂੰ ਜਿਵੇਂ ਵੀ ਕੰਫਰਟ ਲੱਗਦਾ ਮੈਂ ਸ਼ੁਰੂ ਤੋਂ ਐਂਡ ਤੱਕ ਇਹ ਵੀਡੀਓ ਵਿੱਚ ਇਹੀ ਦੱਸਦਾ ਆ ਰਿਹਾ ਕਿ ਜਿਵੇਂ ਵੀ ਆਪ ਜੀ ਨੂੰ ਕੰਫਰਟ ਲੱਗਦਾ ਹੈ ਜਿਹੜਾ ਕੱਪੜਾ ਆਪ ਜੀ ਨੂੰ ਕੰਫਰਟ ਲੱਗਦਾ ਹੈ ਜਿਹੜਾ ਵੀ ਸਟਾਈਲ ਆਪ ਜੀ ਨੂੰ ਕੰਫਰਟ ਲੱਗਦਾ ਜਿਵੇਂ ਤਰੀਕਾ ਆਪ ਜੀ ਨੂੰ ਕੰਫਰਟ ਲੱਗਦਾ ਉਵੇਂ ਸਜਾਓ ਬਸ ਇਹ ਧਿਆਨ ਰੱਖਣਾ ਕਿ ਗੁਰੂ ਸਾਹਿਬ ਜੀ ਦਾ ਬਖਸ਼ਿਆ ਦੁਮਾਲਾ ਹੈਗਾ ਅਤੇ ਆਪ ਜੀ ਦਾ ਫਰਜ਼ ਬਸ ਇਹੀ ਹੈਗਾ ਕਿ ਆਪ ਜੀ ਰਿਸਪੈਕਟ ਕਰੋ ਦੁਮਾਲਾ ਵੀ ਖੋਲ੍ਹਣ ਦਾ ਤਰੀਕਾ ਉਤਾਰਨ ਦਾ ਤਰੀਕਾ ਇਹੀ ਹੈਗਾ ਕਿ ਇੱਕ ਇੱਕ ਲੜ ਕਰਕੇ ਖੋਲ੍ਹਣਾ ਸਾਰਾ ਦੁਮਾਲਾ ਐਵੇਂ ਨਹੀਂ ਉਤਾਰਨਾ ਜਿਵੇਂ ਟੋਪੀ ਉਤਾਰੀ ਦੀ ਹੈ ਆਪ ਜੀ ਨੂੰ ਪਤਾ ਹੈ ਕਿ ਪੱਗ ਵੀ ਉਤਾਰਨ ਦਾ ਤਰੀਕਾ ਹੀ ਹੁੰਦਾ ਕਿ ਇੱਕ ਇੱਕ ਲੜ ਆਪ ਜੀ ਖੋਲ੍ਹੋਗੇ ਥੋੜ੍ਹੀ ਬਹੁਤ ਜਿਹੜੀ ਸ਼ੇਪ ਹੈਗੀ ਅਸੀਂ ਹੁਣ ਠੀਕ ਕਰਾਂਗੇ ਪਹਿਲਾਂ ਇਸ ਲੜ ਨੂੰ ਲਾਸਟ ਵਾਲਾ ਲੜ ਜਿਹੜਾ ਹੈਗਾ ਜੇ ਲੰਬਾ ਹੈ ਤਾਂ ਇਹਨੂੰ ਫਸਾਉਂਦੇ ਹੋਏ ਅੱਗੇ ਲੈ ਜਾਂਗੇ ਆਪ ਵੀ ਦੇਖ ਸਕਦੇ ਹੋ ਕਿ ਇਸ ਲੜ ਨੂੰ ਜਿਸ ਵਿੱਚ ਫਸਾਇਆ ਉਸਨੂੰ ਹੀ ਅੱਗੇ ਲੈ ਕੇ ਜਾਈ ਜਾਵਾਂਗੇ ਜਦ ਤੱਕ ਐਂਡ ਨਹੀਂ ਹੋ ਜਾਏਗਾ ਐਵੇਂ ਲੈ ਕੇ ਜਾਵਾਂਗੇ ਜੇ ਇੱਕ ਜਗ੍ਹਾ ਫਸਾ ਦਾਂਗੇ ਤਾਂ ਉਹ ਮੋਟਾ ਹੋ ਜਾਏਗਾ ਇਸ ਕਰਕੇ ਉਸਨੂੰ ਅਸੀਂ ਅੰਦਰ ਤੱਕ ਪੂਰਾ ਫਸਾਵਾਂਗੇ ਹੁਣ ਅਸੀਂ ਦੇਖ ਸਕਦੇ ਕਿ ਇਹ ਜਿਹੜਾ ਸ਼ੇਪ ਹੈਗੀ ਇਹ ਖਿਲਰ ਰਿਹਾ ਤਾਂ ਇਹਨੂੰ ਇਸਨੂੰ ਦਬਾ ਦਾਂਗੇ ਅਤੇ ਅੱਗੋਂ ਦੀ ਜਿਹੜਾ ਹੈਗਾ ਦੁਮਾਲਾ ਲਾਸਟ ਵਾਲਾ ਲੜ ਜਿਹੜਾ ਹੈਗਾ ਇਹਨੂੰ ਅਸੀਂ ਚੁੱਕਾਂਗੇ ਸਾਈਡਾਂ 'ਤੇ ਦਬਾਉਣਾ ਸ਼ੁਰੂ ਕਰਾਂਗੇ ਅਤੇ ਦਬਾਉਂਦੇ ਹੋਏ ਅਸੀਂ ਅੱਗੇ ਆਵਾਂਗੇ ਹੁਣ ਆਪ ਜੀ ਦੇਖ ਸਕਦੇ ਹੋ ਕਿ ਜਿਹੜਾ ਬਾਕੀ ਬੱਚਾ ਹੋਇਆ ਇਸਨੂੰ ਵੀ ਅਸੀਂ ਇੱਦਾਂ ਹੀ ਦਬਾਵਾਂਗੇ ਹੁਣ ਆਪ ਜੀ ਦੇਖ ਸਕਦੇ ਹੋ ਕਿ ਇਹ ਸਾਫ਼ ਹੋ ਗਿਆ ਅੱਗੋਂ
ਦੁਮਾਲਾ ਆਲਮੋਸਟ ਅੱਜ ਦਾ ਹੋ ਚੁੱਕਿਆ ਹੈ, ਆਪਦੀ ਹੁਣ ਬਾਕੀ ਸ਼ੇਪ ਦਬਾ ਕੇ ਦੇ ਸਕਦੇ ਹੋ, ਅੱਗੋਂ ਦੀ ਦਬਾਓਗੇ ਪਿੱਛੋਂ ਦੀ ਚੁੱਕਿਆ ਜਾਏਗਾ, ਜਿਸ ਤਰੀਕੇ ਨਾਲ ਇਹ ਸਲੋ ਬਣ ਜਾਏਗਾ ਇੱਥੇ ਅਤੇ ਇੱਧਰੋਂ ਆਪ ਜੀ ਸੈੱਟ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਮੈਂ ਸ਼ਿੰਗਾਰ ਦਾ ਆਪ ਜੀ ਨੂੰ ਦੱਸਿਆ ਸੀਗਾ ਕਿ ਸ਼ਿੰਗਾਰ ਕੀ ਵੀ ਲਗਾਉਣਾ ਹੈ, ਆਹ ਮੇਰੇ ਕੋਲ ਸ਼ਿੰਗਾਰ ਹੈਗਾ, ਆਪ ਜੀ ਦੇਖ ਸਕਦੇ ਹੋ। ਇਸ ਨੂੰ ਜਿਹੜਾ ਇਹ ਚੁੰਝ ਵਾਲਾ ਹਿੱਸਾ ਹੈਗਾ, ਇਹ ਚੁੰਝ ਵਾਲਾ ਹਿੱਸਾ ਆਪ ਜੀ ਐਵੇਂ ਫੜਨਾ ਹੈ ਅਤੇ ਇਸ ਨੂੰ ਇੱਦਾਂ ਲਗਾਉਣਾ ਹੈ, ਅੰਦਰ ਫਸਾ ਲੈਣਾ ਬਿਲਕੁਲ। ਹੁਣ ਆਪ ਜੀ ਦੇਖ ਸਕਦੇ ਹੋ ਕਿ ਇਹ ਸ਼ਿੰਗਾਰ ਲੱਗ ਚੁੱਕਿਆ ਹੈ, ਪੂਰਾ ਪ੍ਰੋਪਰ ਫਿਕਸ ਹੈਗਾ, ਹਿੱਲਣਾ ਨਹੀਂ ਚਾਹੀਦਾ, ਇਹ ਨਾ ਹੋਏ ਕਿ ਸ਼ਿੰਗਾਰ ਥੱਲੇ ਨਿਕਲ ਜਾਵੇ। ਇਹ ਦੁਮਾਲਾ ਸਜਾ ਚੁੱਕਿਆ, ਇਹ ਪਿੱਛੇ ਦੀ ਆਪ ਜੀ ਦੇਖ ਸਕਦੇ ਹੋ ਕਿ ਦੁਮਾਲੇ ਦੀ ਸ਼ੇਪ ਕਿਵੇਂ ਆਏਗੀ ਅਤੇ ਅੱਗੋਂ ਦੀ ਕਿਵੇਂ ਆਏਗੀ। ਇਹ ਲੜ ਜਿਹੜੇ ਹੈਗੇ ਬਰਾਬਰ ਦੇ ਹੋਣੇ ਚਾਹੀਦੇ, ਦੋਨੋਂ ਸਾਈਡ ਉੱਚਾ ਨੀਵਾਂ ਸੇਮ ਹੋਣਾ ਚਾਹੀਦਾ, ਅੱਖਾਂ ਬਰਾਬਰ ਦੋਨੋਂ ਚੱਲਣੀ ਚਾਹੀਦੀਆਂ ਕਿ ਅਤੇ ਜਿਹੜਾ ਆਪ ਚੰਨ ਬਣਾ ਰਹੇ ਹੋ ਉਹ ਬਰਾਬਰ ਦੋਨੋਂ ਅੱਖਾਂ ਦੇ ਨਾਲ ਨਾਲ ਚੱਲੇਗਾ। ਅਤੇ ਦੁਮਾਲੇ ਦੀ ਵੀਡੀਓ ਆਲਮੋਸਟ ਕੰਪਲੀਟ ਹੋ ਚੁੱਕੀ ਹੈ, ਆਪ ਜੀ ਪਿਆਰ ਬਖਸ਼ਣਾ, ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਨਾ। ਹੁਣ ਗਰਮੀਆਂ ਹੈਗੀ ਅਤੇ ਹੁਣ ਸ਼ੇਡਸ ਲਗਾਉਣੇ, ਅਤੇ ਸ਼ੇਡਸ ਕਿਵੇਂ ਲਗਾਉਣੇ, ਪੱਗ ਹੁੰਦੀ ਹੈ ਅਤੇ ਦੂਸਰੇ ਵਾਲੇ ਦੜ ਵਿੱਚ ਲਗਾਉਂਦੇ ਹਾਂ ਅਸੀਂ, ਲੇਕਿਨ ਦੁਮਾਲੇ ਵਿੱਚ ਅਸੀਂ ਸ਼ੇਡਸ ਨੂੰ, ਮੰਨ ਲਓ ਆਪ ਜੀ ਦੇ ਕੋਲ ਸ਼ੇਡਸ ਹੈਗੇ, ਸ਼ੇਡਸ ਨੂੰ ਕੀ ਕਰਨਾ, ਆਪ ਜੀ ਇੱਕ ਇੱਕ ਲੜ ਦੋਨੋਂ ਵਿੱਚ ਪਹਿਲੇ ਪਹਿਲੇ ਲੜ ਵਿੱਚ ਫਸਾਓਗੇ ਅਤੇ ਇਸਨੂੰ ਅੰਦਰ ਕਰ ਦੋਗੇ। ਆਪ ਵੀ ਦੇਖ ਸਕਦੇ ਹੋ ਕਿ ਹੁਣ ਸ਼ੇਡਸ ਮੇਰੇ ਲੱਗ ਚੁੱਕੇ ਨੇ, ਸ਼ੇਡਸ ਲਾਉਣ ਦਾ ਤਰੀਕਾ ਆਪ ਜੀ ਨੂੰ ਪਤਾ ਲੱਗ ਗਿਆ। ਸ਼ੇਡਸ ਜਦੋਂ ਵੀ ਲਗਾਓਗੇ ਦੁਮਾਲੇ ਵਿੱਚ, ਇਹ ਸਭ ਤੋਂ ਲਾਸਟ ਵਾਲੇ ਲੜ ਜਿਹੜੇ ਹੋਣਗੇ ਉਸ ਵਿੱਚ ਲਗਾਓਗੇ, ਕਿਉਂਕਿ ਜੇ ਬਾਕੀ 'ਚ ਲਗਾਓਗੇ ਤਾਂ ਲੜ ਅੰਦਰ ਸੈੱਟ ਨਹੀਂ ਬੈਠੇਗਾ, ਜਿਸ ਹਿਸਾਬ ਨਾਲ ਅਸੀਂ ਦੁਮਾਲਾ ਬੰਨਦੇ ਹਾਂ। ਜੇ ਆਪ ਜੀ ਦੇ ਦੁਮਾਲੇ ਦੇ ਉੱਪਰ ਡਿਪੈਂਡ ਕਰਦਾ, ਜੇ ਆਪ ਜੀ ਦੇ ਦੁਮਾਲੇ ਵਿੱਚ ਜਿਹੜਾ ਦੁਮਾਲਾ ਅਸੀਂ ਲੈ ਕੇ ਜਾ ਰਹੇ ਦੂਸਰੇ ਲੜ ਵਿੱਚ ਤੀਸਰੇ ਲੜ ਵਿੱਚ ਗੈਪ ਹੈਗਾ ਅਤੇ ਉਸ ਵਿੱਚ ਲਗਾਵਾਂਗੇ, ਜੇ ਗੈਪ ਨਹੀਂ ਹੈਗਾ ਤਾਂ ਅਸੀਂ ਲਾਸਟ ਵਿੱਚ ਲੜ ਲਗਾਵਾਂਗੇ, ਜੇ ਗੈਪ ਨਹੀਂ ਹੈਗਾ ਤਾਂ ਅਸੀਂ ਲਾਸਟ ਵਿੱਚ ਜਿਹੜਾ ਹੈਗਾ ਇਸ ਵਿੱਚ ਲਗਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।